ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ کارਲੋਕੇ ਨੂੰ ਪਾਂਡਾ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਫੈਨ ਦਾ ਇਹ ਜਵਾਬ ਸੁਣਨ ਪੁਲਿਸ ਵੀ ਹੋ ਗਈ ਹੈਰਾਨ ਤਾਂ ਦੋਸਤੋ ਵੀਡੀਓ ਨੂੰ ਵੱਡੀ ਖਬਰ ਵਾਂਗ ਤੱਕ ਦੇਖ ਲਓ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਦੇ ਅੰਦਰ ਜਿੱਥੇ ਗਾਇਕ ਅਤੇ ਕਲਾਕਾਰ ਕਿਸਾਨੀ ਦਾ ਸਿੰਘ ਅਰਚਦਾ ਸਮਰਥਨ ਕਰ ਰਹੇ ਹਨ ਤੇ ਉੱਥੇ ਜਿਨ੍ਹਾਂ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਗਿਆ ਤੇ ਉੱਥੇ ਹੀ ਜਿਨ੍ਹਾਂ ਵੱਲੋਂ ਲਗਾਤਾਰ ਦਿੱਲੀ ਦਿਨਾਂ ਸਰਹੱਦਾਂ ਦੇ ਉੱਪਰ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੀ ਸਮੂਲੀਅਤ ਕਰਕੇ ਆਪਣੀ ਹਾਜ਼ਰੀ ਲਵਾਈ ਗਈ ਹੈ। ਪੰਜਾਬ ਦੇ ਗਾਇਕਾਂ ਵੱਲੋਂ ਸਮੇਂ-ਸਮੇਂ ਤੇ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਪਹਿਲਾਂ ਵੀ ਪੰਜਾਬੀ ਗਾਇਕਾਂ ਵੱਲੋਂ ਕਰੋਨਾ ਦੇ ਦੌਰ ਵਿੱਚ ਲੋਕਾਂ ਦੀ ਮਦਦ ਕੀਤੇ ਜਾਣ ਦੇ ਨਾਲ ਉਹ ਚਰਚਾ ਦੇ ਵਿੱਚ ਰਹੇ ਹਨ ਤੇ ਹੁਣ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਣ ਕਾਰਨ ਸਾਰੇ ਗਾਇਕ ਚਰਚਾ ਦੇ ਵਿੱਚ ਹਨ ਤੇ ਉੱਥੇ ਬਹੁਤ ਸਾਰੇ ਗਾਇਕ ਕਿਸ ਤਰ੍ਹਾਂ ਕਿ세 ਚਾਰ-ਚਾਰੇ ਬੱਚੇ ਰਹਿੰਦੇ ਹਨ ਤੇ ਹੁਣ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਫੈਨ ਦਾ ਇਹ ਜਵਾਬ ਸੁਣ ਕੇ ਪੁਲਿਸ ਵੀ ਹੋ ਗਈ ਹੈਰਾਨ ਅਕਸਰ ਇਹ ਪੰਜਾਬੀ ਗਾਇਕਾਂ ਤੇ ਬਹੁਤ ਸਾਰੇ ਫੈਨ ਹੁੰਦੇ ਹਨ ਤੇ ਜੋ ਉਹਨਾਂ ਨੂੰ ਲਗਾਤਾਰ ਫੋਲੋ ਕਰਦੇ ਹਨ ਤੇ ਗਾਇਕਾਂ ਦੇ ਪਿੱਛੇ ਇੰਨਾ ਜ਼ਿਆਦਾ ਪਾਗਲ ਕੋਈ ਹੋ ਸਕਦਾ ਹੈ ਤੇ ਜਿਨ੍ਹਾਂ ਨੂੰ ਕਾਨੂੰਨ ਦੇ ਦੇਸ਼ਾਂ ਨਾ ਦੇਸ਼ਾਂ ਦਾ ਵੀ ਖਿਆਲ ਨਹੀਂ ਰਹਿੰਦਾ ਤੇ ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਜਿੱਥੇ ਇੱਕ ਸਿੱਧੂ ਮੂਸੇਵਾਲੇ ਦੇ ਫੈਨ ਵੱਲੋਂ ਗੀਤ ਦੇ ਬੋਲ ਆਪਣੀ ਕਾਰ ਦੇ ਉੱਪਰ ਲਿਖਵਾਉਣੇ ਮਹਿੰਗੇ ਪੈ ਗਏ ਕਿਉਂਕਿ ਉਹਕਤ ਨੌਜਵਾਨ ਵੱਲੋਂ ਆਪਣੀ ਗੱਡੀ ਦੇ ਪਿਛੇ ਨੰਬਰ ਪਲੇਟ ਤੇ ਜਗਾ ਤੇ ਬਲੈਕ ਲਿਸਟਡ ਲਿਖਵਾਇਆ ਹੋਇਆ ਸੀ ਤੇ ਜਿਸ ਦੇ ਕਾਰਨ ਪੁਲਿਸ ਵੱਲੋਂ ਪਹਿਲਾਂ ਵੀ ਉਸਨੂੰ ਨਾਕਿਰ ਦੌਰਾਨ ਰੋਕੇ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਨੂੰ ਸਹੀ ਕਰਵਾਇਆ ਜਾਵੇ ਪਰ ਕੱਲ ਪਰ ਜਦ ਜਲੰਧਰ ਦੇ KFC ਚੌਂਕ ਦੇ ਵਿੱਚ ਨੌਜਵਾਨ ਦਾ ਚਲਾਨ ਕੱਟ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਪੁੱਛਤੇ ਪੁੱਛਣਤੇ ਤੇ ਉਹ ਐਸਾ ਕਾਰ ਦੇ ਨੰਬਰ ਕਿਉਂ ਨਹੀਂ ਲਖਵਾਉਂਦਾ ਤਾਂ ਉਸਨੇ ਦੱਸਿਆ ਹੈ ਕਿ ਉਸਨੇ ਕਾਰ ਨਮੀ ਲਈ ਹੈ ਤੇ ਉਹਦਾ ਨੰਬਰ ਨਾ ਆਉਣ ਦੇ ਕਾਰਨ ਉਸ ਵੱਲੋਂ ਸਿੱਧੂ ਮਸੇਵਾਲ ਦੇ ਗੀਤ ਦੇ ਸ਼ਬਦ ਲਖਵਾਏ ਗਏ ਹਨ ਕਿਉਂਕਿ ਉਹ ਸਿੱਧੂ ਮਸੇਵਾਲ ਦਾ ਬਹੁਤ ਵੱਡਾ ਫੈਨ ਹੈ ਤੇ ਗੱਡੀ ਦੇ ਕਾਲੇ ਸ਼ੀਸ਼ੇ ਹੁੰਨ ਤੇ ਉਸ ਕੋਲ ਦੱਸਿਆ ਗਿਆ ਹੈ ਕਿ ਉਹਦੇ ਘਰ ਵਿੱਚ ਕਿਸੇ ਨੂੰ ਮੈਡੀਕਲ ਸਮੱਸਿਆ ਹੋਣ ਦੇ ਕਾਰਨ ਕਾਲੇ ਸ਼ੀਸ਼ੇ ਕੀਤੇ ਗਏ ਹਨ ਤੇ ਜਿੱਥੇ ਇਸ ਨੌਜਵਾਨ ਦਾ ਚਲਾਨ ਕਰ ਦਿੱਤਾ ਗਿਆ ਤੇ ਉੱਥੇ ਇਹ ਨੌਜਵਾਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ